ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪਿੰਡ ਪੰਜਾਬ ਦੇ ਚੈਨਲ 'ਤੇ ਤੁਹਾਡਾ ਸਵਾਗਤ ਹੈ। ਉਮੀਦ ਕਰਦੇ ਹਾਂ ਜੀ ਸਾਰੇ ਠੀਕ ਹੋਵੋਗੇ, ਚੜ੍ਹਦੀ ਕਲਾ ਵਿੱਚ ਹੋਵੋਗੇ। ਤੁਹਾਨੂੰ ਪਤਾ ਹੀ ਹੈ ਜੀ, ਆਪਣਾ ਪੁਰਾਣਾ ਘਰ ਆ ਜਿਹੜਾ ਢਹਿਣ ਲੱਗ ਰਿਹਾ, ਅਤੇ ਆਪਾਂ ਨਵਾਂ ਘਰ ਬਣਾਵਾਂਗੇ ਵਾਹਿਗੁਰੂ ਦੀ ਕਿਰਪਾ ਦੇ ਨਾਲ, ਮਿਹਰਬਾਨੀ ਸਦਕਾ, ਪਰਮਾਤਮਾ ਦੀ ਸਦਕਾ। ਵਾਹਿਗੁਰੂ ਸਭ ਤੋਂ ਐਸਾ ਦਿਨ ਲੈ ਕੇ ਆਵੇ ਵੀ ਸੋਹਣਾ ਸੋਹਣੇ ਘਰ ਬਣਾਉਣ। ਅਤੇ ਜਿਹੜਾ ਆਪਣਾ ਪਹਿਲਾਂ ਵਾਲਾ ਘਰ ਸੀ ਢਾਹ ਲਿਆ ਜੀ, ਉਹਦੇ ਵਾਲਾ ਸਮਾਨ ਆ ਜਿਹੜਾ ਆਪਾਂ, ਇਹ ਜਿਹੜਾ ਆਪਣਾ ਗੈਰੇਜ ਬਣਿਆ ਹੋਇਆ ਸੀ, ਇਹਦੇ ਵਿੱਚ ਆਪਾਂ ਸੈਟਿੰਗ ਕਰ ਦਿੱਤੀ ਹੈ। ਇਹਦੇ ਵਿੱਚ ਆਪਾਂ ਸੈਟਿੰਗ ਕਰ ਦਿੱਤੀ ਹੈਗੀ। ਅਤੇ ਕਾਫੀ ਭੈਣ ਭਾਈ ਪੁੱਛਦੇ ਸੀ ਵੀ ਤੁਸੀਂ ਦੱਸੋ ਕਿਵੇਂ ਸਮਾਨ ਰੱਖਿਆ। ਹੁਣ ਤੱਕ ਸਾਡਾ ਸਮਾਨ ਬਹੁਤ ਵਧੀਆ ਸਾਰਾ ਟਿਕਿਆ ਹੋਇਆ ਜੀ, ਅਸੀਂ ਰੱਖ ਲਿਆ। ਪਰ ਸਭ ਤੋਂ ਜਿਹੜੀ ਮੇਨ ਪ੍ਰੋਬਲਮ ਪਤਾ ਕੀ ਆ, ਹੁਣ ਜਿਹੜਾ ਆਪਣੇ ਬੁਟੀਕ ਵਾਲੇ ਕੱਪੜੇ ਨੇ ਉਹ ਰੱਖਣ ਦਾ ਸਭ ਤੋਂ ਜ਼ਿਆਦਾ ਔਖਾ ਹੋ ਜੂ। ਚਲੋ ਕੋਈ ਗੱਲ ਨਹੀਂ, ਉਹ ਵੀ ਦੇਖਦੇ ਆ। ਹੋ ਸਕਦਾ ਮੇਰੀ ਆਵਾਜ਼ ਤੁਹਾਡੇ ਤੱਕ ਸਾਫ਼ ਨਾ ਪਹੁੰਚੇ, ਕਿਉਂਕਿ ਮੌਸਮ ਬਹੁਤ ਜ਼ਿਆਦਾ ਖਰਾਬ ਹੋਇਆ ਹੋਇਆ, ਹਨੇਰੀ ਚੱਲ ਰਹੀ ਹੈ, ਬੱਦਲਬਾਜ਼ੀ ਬਣੀ ਹੋਈ ਹੈ। ਇੱਕ ਵਾਰ ਤੁਹਾਨੂੰ ਬਾਹਰਲਾ ਮੌਸਮ ਵੀ ਦਿਖਾ ਦਈਏ, ਫਿਰ ਆਪਾਂ ਤੁਹਾਨੂੰ ਆਪਣੇ ਨਵੇਂ ਘਰ ਦਾ ਹੋਮ ਟੂਰ ਦਿੰਦੇ ਹਾਂ, ਠੀਕ ਹੈ? ਨਵੇਂ ਘਰ ਦਾ ਹੋਮ ਟੂਰ, ਫਿਰ ਆਪਾਂ ਤੁਹਾਨੂੰ ਨਿਊ ਹੈ ਤਾਂ ਜਿਹੜਾ ਗੈਰੇਜ ਆ ਉਹਦਾ ਟੂਰ ਦਿੰਦੇ ਹਾਂ ਵੀ ਕਿਸ ਤਰ੍ਹਾਂ ਦਾ। ਕਾਫ਼ੀ ਜ਼ਿਆਦਾ ਮੌਸਮ ਹੈ ਜਿਹੜਾ ਖਰਾਬ ਹੈ। ਤਿੰਨ ਦਿਨਾਂ ਤੋਂ ਇਹ ਕੰਬਲ ਦੀ ਸੁੱਕ ਕੇ ਸਾਂਭ ਦਿੱਤੇ ਨੇ, ਕਿਉਂਕਿ ਬਹੁਤ ਜ਼ਿਆਦਾ ਹੈਵੀ ਕੰਬਲ ਆ ਇਹ, ਰਜਾਈ ਵਰਗਾ ਗਿਆ ਇਹ, ਸੁੱਕ ਜਾ ਗਿਆ, ਸੁੱਕ ਕੇ ਇਹਨੂੰ ਪਲਿਆ ਜਾ ਗਿਆ। ਐਸਾ ਮੌਸਮ ਲਓ ਜੀ, ਆਪਾਂ ਤੁਹਾਨੂੰ ਆਪਣਾ ਘਰ ਦਿਖਾ ਦਈਏ। ਜਿਹੜੇ ਵੀਵਰਸ ਮੈਨੂੰ ਲਗਾਤਾਰ ਫੋਲੋ ਕਰਦੇ ਨੇ ਉਹਨਾਂ ਨੂੰ ਪਤਾ ਹੈ ਜੀ, ਇੱਧਰ ਰਾਈਟ ਹੈਂਡ ਮੇਰੇ ਕਿਚਨ ਹੈ ਜੋ ਆਪਾਂ 2020 ਦੇ ਵਿੱਚ ਬਣਾਈ ਸੀ। ਲੈਫਟ ਸਾਈਡ ਹੈਗੇ ਨੇ ਜੀ ਆਪਣੇ ਬਾਥਰੂਮ। ਕਾਫੀ ਭੈਣ ਭਾਈ ਪੁੱਛਦੇ ਨੇ ਤੁਸੀਂ ਢਾਹ ਦੋਗੇ ਨਵੇਂ ਬਣਾਏ ਸੀ, ਬਿਲਕੁਲ ਨਹੀਂ, ਇਹ ਇਸ ਤਰ੍ਹਾਂ ਹੀ ਰਹਿਣਗੇ, ਹੈ ਨਾ? ਪਿੰਡਾਂ ਦੇ ਵਿੱਚ ਹੁੰਦਾ ਜੀ, ਬਾਹਰਲੇ ਪਾਸੇ ਬਾਥਰੂਮ ਵੀ ਹੁੰਦੇ ਆ ਅਤੇ ਕਿਚਨ ਵੀ ਹੁੰਦੇ ਨੇ ਕੋਠੀ ਤੋਂ ਅਲੱਗ, ਹੈ ਨਾ? ਅਤੇ ਹਰ ਪਿੰਡਾਂ ਦੇ ਵਿੱਚ, ਹਰ ਘਰ ਦੇ ਵਿੱਚ ਇਹ ਇਸ ਤਰ੍ਹਾਂ ਹੁੰਦਾ ਹੁੰਦਾ, ਬਾਹਰੇ ਬਾਥਰੂਮ ਅਤੇ ਕਿਚਨ ਬਣੇ ਹੁੰਦੇ ਨੇ। ਅਤੇ ਇਹ ਆਪਾਂ ਮੱਝਾਂ ਵਾਲਾ ਬਣਾਇਆ ਸੀ, ਉਹ ਗੈਰੇਜ ਬਣਾਇਆ ਸੀ, ਅਤੇ ਇੱਥੇ ਆਪਾਂ ਹੁਣ ਆਪਣਾ ਸਮਾਨ ਰੱਖਿਆ ਹੋਇਆ। ਆਪਣੀ ਰਹਿਸ ਇੱਥੇ ਹੀ ਰਹੂਗੀ, ਜਿੰਨਾ ਟਾਈਮ ਆਪਣਾ ਘਰ ਨਹੀਂ ਬਣਦਾ, ਕੰਪਲੀਟ ਨਹੀਂ ਹੁੰਦਾ, ਆਪਾਂ ਇੱਥੇ ਹੀ ਰਹਾਂਗੇ। ਚਲੋ ਜੀ, ਆਪਾਂ ਅੰਦਰ ਚੱਲਦੇ ਹਾਂ ਅਤੇ ਆਪਾਂ ਤੁਹਾਨੂੰ ਘਰ ਦਿਖਾਉਂਦੇ ਹਾਂਗੇ। ਅਤੇ ਜ਼ਿਆਦਾ ਵਧੀਆ ਨਹੀਂ, ਬਸ ਟਾਈਮ ਪਾਸ ਹੈ। ਇੱਧਰ ਆਪਣੀਆਂ ਮੱਝਾਂ ਖੜੀਆਂ ਨੇ, ਚਲੋ ਦਿਖਾ ਦਈਏ। ਲਓ ਜੀ, ਆਪਾਂ ਸਮਾਨ ਇੱਧਰ ਰੱਖ ਲਿਆ ਅਤੇ ਬਸ ਕੰਮ ਚਲਾਊ ਕੰਮ ਹੀ ਹੈ। ਚਲੋ ਹੁਣ ਵੀ ਠੀਕ ਹੈਗਾ। ਅਤੇ ਇਹਦੇ ਆਪਾਂ ਪਲੱਸ ਪੁਆਇੰਟ ਅਤੇ ਮਾਈਨਸ ਪੁਆਇੰਟ ਦੋਨਾਂ, ਅਤੇ ਇਹਦੀ ਆਪਾਂ ਪਲੱਸ ਪੁਆਇੰਟ ਦੀ ਗੱਲ ਵੀ ਕਰਾਂਗੇ ਵੀ ਇਹਦੇ ਵਿੱਚ ਸਾਨੂੰ ਕੀ ਦਿੱਕਤ ਹੈ, ਕੀ ਔਖਾ, ਕੀ ਸੌਖਾ। ਅਤੇ ਇਹ ਸਾਰਾ ਇਗਨੋਰ ਕਰਿਓ ਜੀ, 3 ਦਿਨਾਂ ਤੋਂ ਇਹ ਕਬਾੜ ਕੱਢਿਆ ਪਿਆ ਹੈਗਾ, ਪਰ ਕਬਾੜ ਵਾਲਾ ਭਾਈ ਨਹੀਂ ਆ ਰਿਹਾ, ਇਹ ਕਬਾੜ ਆਪਾਂ ਵੇਚਣਾ। ਆ ਜਾਓ ਜੀ, ਸਾਡੇ ਘਰ ਦੇ ਵਿੱਚ ਤੁਹਾਡਾ ਸਵਾਗਤ ਹੈ, ਵੈਲਕਮ। ਆ ਜਾਓ, ਆ ਜਾਓ ਜੀ, ਕਟੇ ਹੋਣਗੇ ਤਾਂ ਸਭ ਤੋਂ ਪਹਿਲਾਂ ਆਪਣੇ ਰਾਈਟ ਸਾਈਡ ਇਹਨੂੰ ਐਜ ਏ ਸਟੋਰ ਰੂਮ ਅਸੀਂ ਵਰਤ ਲਵਾਂਗੇ। ਇੱਕੋ ਹੀ ਗੈਰੇਜ ਹੈ, ਇਹ ਰਿਬਨ ਦੀ ਅਲਮਾਰੀ ਹੈ, ਇਹ ਮਨਵੀਰ ਦੀ ਹੈਗੀ, ਅਤੇ ਚੱਕਦਾਰ ਦੇ ਵਿੱਚ ਇਹਦਾ ਕੁੰਡਾ ਸਾਡੇ ਤੋਂ ਟੁੱਟ ਗਿਆ। ਇਹ ਮੇਰੀ ਪੇਟੀ ਹੈ, ਠੀਕ ਹੈ? ਅਤੇ ਪੇਟੀ ਦੇ ਉੱਪਰ ਉਂਝ ਅਸੀਂ ਕਾਫੀ ਕੱਪੜੇ ਸੰਭਾਲ ਦਿੱਤੇ ਨੇ, ਕੁਛ ਕੱਪੜੇ ਦੀ ਪੇਟੀ 'ਚ ਵੀ ਨਹੀਂ ਪੈਂਦੇ, ਇੱਕ ਪੇਟੀ ਉਧਲੇ ਚਵਾਰੇ ਦੇ ਵਿੱਚ ਪਈ ਆ, ਉਹ ਵੀ ਇਹਦੇ ਵਿੱਚ ਵੀ ਕਾਫੀ ਕੱਪੜੇ ਸਾਂਭੇ ਹੋਏ ਨੇ। ਕੁਛ ਇਹਦੇ ਉੱਪਰ ਆਪਾਂ ਕੱਪੜੇ ਰੱਖੇ ਹੋਏ ਨੇ ਜਿਹੜੇ ਰਾਤ ਨੂੰ ਜਿਵੇਂ ਖੇਸ ਵਗੈਰਾ ਲੈਣੇ ਹੁੰਦੇ ਨੇ, ਅਤੇ ਕੁਛ ਕੱਪੜੇ ਇਹਦੇ ਪੇਟੀ ਵਿੱਚ ਹੋਰ ਦੱਬ ਦੱਬ ਕੇ ਆਪਾਂ ਪਾਵਾਂਗੇ ਜਿਹੜੇ ਧੋ ਕੇ ਰੱਖੇ ਹੋਏ ਨੇ। ਅਤੇ ਇਹ ਦੋ ਮੰਜੇ ਨੇ, ਮਨਵੀਰ ਨੇ ਇਸ ਤਰ੍ਹਾਂ ਇਹਨੂੰ ਖੜ੍ਹੇ ਕਰਕੇ ਇਹਦੇ ਉੱਪਰ ਬੈੱਡਸ਼ੀਟ ਪਾ ਦਿੱਤੀ ਹੈ। ਕਹਿੰਦੇ ਮੰਮਾ ਨਾਲੇ ਤਾਂ ਇਹ ਅਲੱਗ ਜਿਹਾ ਲੱਗੂ, ਅਤੇ ਬਾਕੀ ਜੇ ਸਾਨੂੰ ਐਮਰਜੈਂਸੀ ਮੰਜਾ ਡਾਉਣਾ ਪੈ ਗਿਆ ਸੀ ਡਾ ਸਕਦੇ ਹਾਂ। ਅਤੇ ਮਤਲਬ ਕਿ ਇਹ ਲਾਈਟ ਚਲੀ ਗਈ, ਪਤਾ ਨਹੀਂ ਕੀ ਝਮਕੇ ਲੱਗੇ ਨੇ, ਸਾਫ਼ ਆਉਂਦੀ ਹੈ ਚੱਲ ਨਹੀਂ ਵੀਡੀਓ। ਹਾਂਜੀ, ਅਤੇ ਇੱਥੇ ਆਪਾਂ ਇਸ ਤਰ੍ਹਾਂ ਇਹ ਰੱਖ ਲਿਆ ਜੀ। ਇਹਦੇ ਨਾਲ ਹੀ ਆਪਾਂ ਇੱਥੇ ਕੁਸਕ ਪਲੱਗ ਆਪਣੇ ਕੋਲ ਸਵਿੱਚ ਬੋਰਡ ਹੈਗੇ ਸੀ, ਕੁਸਕ ਆਪਾਂ ਨਵੇਂ ਲਵਾਏ ਨੇ।
ਇਹ ਨਵਾਂ ਸਵਿੱਚ ਬੋਰਡ ਲਾ ਲਿਆ ਜੀ। ਇਹ ਆਪਾਂ ਪ੍ਰੈਸ ਵਾਲਾ ਟੇਬਲ ਰੱਖਿਆ ਇੱਥੇ, ਸਾਰਾ ਦਿਨ ਇਹਦੀ ਵੀ ਸਾਨੂੰ ਲੋੜ ਆ, ਹੈ ਨਾ, ਟੈਗ ਮਾਰ ਕੇ ਕੱਪੜੇ ਰੱਖ ਲਏ ਜੀ, ਪ੍ਰੈਸਾਂ ਚੁੰਨੀਆਂ ਨੂੰ ਲੈਸਾਂ ਲੱਗਦੀਆਂ ਨੇ, ਉਸ ਕੇ ਇੱਕ ਅੱਧਾ ਬੋਰਡ ਆਪਾਂ ਐਕਸਟਰਾ ਲਵਾਇਆ। ਅਤੇ ਇੱਥੇ ਜਿਹੜੀ ਮੇਨ ਅਗਲੀ ਗੱਲ ਇਹ ਹੁੰਦੀ ਹੈ ਵੀ ਇੱਥੇ ਜਿਵੇਂ ਇਨਵਰਟਰ ਵਾਲੀ ਲਾਈਟ ਦੀ ਸੁਵਿਧਾ ਨਹੀਂ ਸੀ, ਆਪਾਂ ਉਹ ਵੀ ਕਰੀਏ, ਐਕਸਟਰਾ ਬੋਰਡ ਲੱਗੇ ਨੇ ਅਤੇ ਵਾਈਫਾਈ ਦੀ ਤਾਰ ਵਗੈਰਾ ਇੱਧਰ ਨੂੰ ਆਪਾਂ ਲੈ ਕੇ ਆਏ, ਠੀਕ ਹੈ ਜੀ। ਉਸ ਤੋਂ ਇਹ ਤਾਂ ਮੰਨ ਲਓ ਤੁਸੀਂ ਸਟੋਰ ਰੂਮ ਹੀ ਮੰਨ ਕੇ ਚੱਲੋ, ਉਦੋਂ ਬਾਅਦ ਇਹ ਸਾਡਾ ਡਰਾਇੰਗ ਰੂਮ ਆ ਗਿਆ, ਇਹ ਡਰਾਇੰਗ ਏਰੀਆ ਰੱਖਿਆ, ਇੱਧਰ ਦੀਵਾਨ ਬੈੱਡ, ਬਸ ਟਾਈਮ ਪਾਸ ਹੋ ਜੂਗਾ ਉਂਝ ਵਧੀਆ। ਇੱਧਰ ਦੀਵਾਨ ਬੈੱਡ ਹੈ ਜੀ, ਠੀਕ ਹੈ, ਲੱਗਿਆ ਹੋਇਆ। ਅਤੇ ਇੱਧਰ ਆਪਾਂ ਸੋਫੇ ਲਾ ਲਏ, ਇਹ ਸੋਫੇ ਦੇ ਉੱਤੇ ਕੱਪੜੇ ਪੈ ਗਏ ਜੀ ਸਾਂਭਣ ਵਾਲੇ। ਚਲੋ ਫਿਰ ਵੀ ਠੀਕ ਹੋ ਗਿਆ, ਹੈ ਨਾ, ਅਸੀਂ ਬਾਹਲਾ ਔਖੇ ਨਹੀਂ ਹੋਵਾਂਗੇ ਜਿਵੇਂ ਕਹਿ ਦਾਂਗੇ, ਜੇ ਸਾਡੇ ਕੋਲ ਇਹ ਨਹੀਂ ਹੁੰਦਾ ਜੀ ਸਾਨੂੰ ਫਿਰ ਬਹੁਤ ਜ਼ਿਆਦਾ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਸੀ। ਅਤੇ ਇਹ ਆਪਣੀ ਵਿੰਡੋ ਆ, ਜਦੋਂ ਸਾਨੂੰ ਲੋੜ ਹੈ ਇਹਨੂੰ ਆਪਾਂ ਵਿੰਡੋ ਨੂੰ ਖੋਲ੍ਹ ਵੀ ਸਕਦੇ ਹਾਂ ਅਤੇ ਤਾਜ਼ੀ ਹਵਾ ਲੈ ਸਕਦੇ ਹਾਂ। ਅਗਲੀ ਗੱਲ ਇਹ ਹੈ ਵੀ ਇਹ ਵਿੰਡੋ ਖੋਲ੍ਹ ਕੇ ਬਿਲਕੁਲ ਸੜਕ ਦਿਸਦੀ ਆ, ਵੀ ਕੌਣ ਆਉਂਦਾ ਕੌਣ ਜਾਂਦਾ ਕੀ ਸਾਰੀ ਗੱਲਬਾਤ, ਠੀਕ ਹੈ। ਉਸ ਤੋਂ ਬਾਅਦ ਆ ਗਿਆ ਜੀ ਇਕੱਲੇ ਪਾਸੇ, ਅਤੇ ਇਹ ਰੱਖਿਆ ਹੋਇਆ ਮੈਂ ਆਪਣਾ ਨੀਪਾ ਪੋਤੀ ਕੀ ਜੰਤਰ, ਬਸ ਇੱਥੇ ਮੈਂ ਆਪਣਾ ਮੇਕਅਪ ਦਾ ਸਮਾਨ ਰੱਖਿਆ, ਟੇਬਲ ਆ ਜਿਹਦੇ ਉੱਤੇ ਮਾੜਾ ਮੋਟਾ ਕੋਈ ਕੰਘਾ ਕੁਛ ਹੋਰ ਬੂਟ ਆ ਹੋਰ ਸਮਾਨ ਸੀ ਜਿਹੜਾ ਇਸ ਤਰ੍ਹਾਂ ਰੱਖ ਲਿਆ। ਉਸ ਤੋਂ ਬਾਅਦ ਜੀ ਇੱਧਰਲੇ ਪਾਸੇ ਆਪਾਂ ਨਾਲ ਹੀ ਬੈੱਡ ਲਾ ਦਿੱਤੇ ਨੇ, ਅਤੇ ਉਸ ਤੋਂ ਬਾਅਦ ਅੱਗੇ ਆ ਜਾਓ, ਇਹ ਟੀ ਵੀ ਟਰਾਲੀ ਹੈ ਮੇਰੀ ਜਿਹਨੂੰ ਅਸੀਂ ਸਟੋਰ ਦੇ ਵਿੱਚ ਲਾਇਆ ਹੋਇਆ ਸੀ, ਅਤੇ ਸਟੋਰ ਦੇ ਵਿੱਚ ਲਾ ਕੇ ਇਹਦੇ ਵਿੱਚ ਅਸੀਂ ਜੋੜੇ ਜੁੱਤੀਆਂ ਰੱਖਦੇ ਹੁੰਦੇ ਸੀ, ਪਰ ਹੁਣ ਇਹਦੇ ਵਿੱਚ ਸਾਨੂੰ ਨਾ ਜਿਵੇਂ ਪ੍ਰਿੰਟਰ ਰੱਖਿਆ, ਹੋਰ ਬੁੱਕਸ ਵਗੈਰਾ ਜਿਹੜੇ ਮਾਸਟਰ ਜੀ ਡੇਲੀ ਆਪਣਾ ਕੰਮ ਕਰਦੇ ਨੇ, ਹੈ ਨਾ, ਕਿਤਾਬਾਂ ਕਤੂਬਾਂ, ਉਹ ਚੀਜ਼ਾਂ ਸਾਨੂੰ ਇਹਦੇ ਵਿੱਚ ਰੱਖਣੀਆਂ ਪੈ ਗਈਆਂ। ਇਹ ਮੇਰੀ ਛੋਟੀ ਮਸ਼ੀਨ ਆ ਕੱਪੜੇ ਸਿਉਣ ਵਾਲੀ, ਅਤੇ ਇੱਕ ਅਸੀਂ ਕਿਹੋ ਜਿਹੇ ਸਾਡੀਆਂ ਫੋਟੋਆਂ ਨੇ ਜਿਹੜੀਆਂ ਇਸ ਤਰ੍ਹਾਂ ਹੀ ਪਈਆਂ ਨੇ, ਉਹ ਅਸੀਂ ਲਗਵਾਵਾਂਗੇ, ਮੇਖਾ ਮੇਰਾ ਵਗੈਰਾ ਲਗਵਾ ਕੇ ਸਾਰੀਆਂ ਆਪਾਂ ਫੋਟੋਆਂ ਠੱਗ ਲਾਂਗੇ, ਦੁਬਾਰਾ ਆਪਾਂ ਨੂੰ ਡਰਿੱਲ ਕਰਾਉਣੇ ਪਊਗਾ। ਕੁਛ ਕੁ ਚੀਜ਼ਾਂ ਦੇ ਵਿੱਚ ਪਹਿਲਾਂ ਸੀ ਜੀ, ਕੁਛ ਕੁ ਆਪਾਂ ਨਵੀਆਂ ਕਰਵਾਈਆਂ ਨੇ, ਜਿਸ ਤਰ੍ਹਾਂ ਇਹ ਕੱਪੜੇ ਜਿੱਥੇ ਢੰਗੇ ਮੈਨੇ ਪਹਿਲਾਂ ਦੀ ਹੋਈ ਸੀ, ਚਲੋ ਹੁਣ ਇਹਨੂੰ ਆਪਾਂ ਵਰਤ ਲਾਂਗੇ। ਉਸ ਤੋਂ ਬਾਅਦ ਜੀ ਇੱਧਰਲੇ ਪਾਸੇ ਆਪਾਂ ਕੂਲਰ ਲਾ ਦਿੱਤਾ ਹੈਗਾ, ਅਤੇ ਇੱਕ ਮੰਜਾ ਇੱਥੇ ਲਾ ਦਿੱਤਾ, ਬਸ ਅਸੀਂ ਕੰਮ ਚਲਾ ਲਾਂਗੇ। ਇਹ ਦਰਵਾਜ਼ਾ ਵੀ ਅਸੀਂ ਲੋਕ ਹੀ ਕਰ ਦਿੱਤਾ, ਉਂਝ ਖੁੱਲ੍ਹ ਜਾਂਦਾ ਜੇ ਆਪਾਂ ਹਵਾ ਲੈਣੀ ਹੈ। ਅਤੇ ਅਸੀਂ ਸਭ ਤੋਂ ਬੈੱਡ ਨਹੀਂ, ਸਾਡੀ ਪਹਿਲਾਂ ਸਲਾਹ ਸੀ ਉਰੇ ਵੀ ਇੱਧਰ ਨੂੰ ਅਸੀਂ ਪੇਟੀ ਲਾ ਦਿੰਦੇ ਹਾਂ, ਬੈੱਡਰੂਮ ਅੱਗੇ ਨੂੰ ਰੱਖਾਂਗੇ, ਸਾਨੂੰ ਨਾ ਫਿਰ ਅਸੀਂ ਇਹ ਵਿੰਡੋ ਕਰਕੇ ਇੱਧਰ ਨੂੰ ਬੈੱਡ ਲਾਏ ਨੇ। ਇੱਥੋਂ ਦੀ ਹਵਾ ਬਹੁਤ ਜ਼ਿਆਦਾ ਸੋਹਣੀ ਆਉਂਦੀ ਆ, ਜੇ ਵਿੰਡੋ ਜਦੋਂ ਖੋਲ੍ਹ ਲੈਂਦੇ ਹਾਂ ਨਾ, ਕਾਫੀ ਜ਼ਿਆਦਾ ਹਵਾ ਇੱਥੋਂ ਦੀ ਵਧੀਆ ਆਉਂਦੀ ਆ। ਅਤੇ ਮੂਡ ਫਰੈਸ਼ ਹੁੰਦਾ ਜੀ ਇੱਧਰ ਹਰੇ ਬਾਈ ਦੇਖ ਕੇ, ਇੱਥੇ ਲਾਇਓ ਕੈਮਰਾ, ਮੂਡ ਚਲਾ ਦਿਓ ਜਦੋਂ, ਹੈ ਨਾ, ਇਹ ਜੀ ਚੱਕ ਜਾਂਦਾ ਵੀ ਕਿੱਥੇ ਬੈਠੇ ਹਾਂ, ਸਟੋਰ ਰੂਮ ਜਿਹੇ 'ਚ ਵੜ ਗਿਆ ਕਿ ਉਦੋਂ ਵਿੰਡੋ ਖੋਲ੍ਹ ਕੇ ਐਵੇਂ ਵਧੀਆ ਲੱਗਦਾ, ਸਾਰਾ ਕੁਛ ਦਿਸਦਾ। ਜਿਹੜੀਆਂ ਲੱਕੜ ਦੀਆਂ ਦੋ ਕੁਰਸੀਆਂ ਨੇ ਉਹ ਇੱਥੇ ਰੱਖ ਦਿੱਤੀਆਂ ਨੇ ਜੀ, ਬਸ ਅਸੀਂ ਟਾਈਮ ਪਾਸ ਕਰ ਲਾਂਗੇ। ਅਤੇ ਇੱਧਰ ਮੇਰੀ ਵਾਲੀ ਅਲਮਾਰੀ ਆ ਗਈ, ਵੱਡੀ ਅਲਮਾਰੀ ਆ, ਉਹਨੇ ਮੈਂ ਜਿਹੜੀ ਇਹਦੇ ਵਿੱਚ ਮੇਰੇ ਸਾਰੇ ਕੱਪੜੇ ਹੁੰਦੇ ਸੀ, ਮਾਸਟਰ ਜੀ ਦੀ ਆਪਣੇ ਰੂਮ ਦੇ ਵਿੱਚ ਹੁੰਦੀ ਸੀ ਅਲਮਾਰੀ, ਉਹ ਪੱਟ ਦਿੱਤੀ ਹੈ, ਹੁਣ ਅਸੀਂ ਦੋਨੋਂ ਮੀਆਂ ਬੀਵੀ ਸ਼ੇਅਰ ਕਰ ਦਿਆਂਗੇ, ਨਾਲ ਗੁਰਲੀਨ ਨੂੰ ਵੀ ਸ਼ੇਅਰ ਕਰਨੀ ਪੈਂਦੀ ਹੈ ਜੀ। ਰਿਪਾ ਨਾਲ ਹੀ ਵੀ ਪਤਾ ਨਹੀਂ ਕਿ ਖਰਾਰਾ ਜਿਹਾ ਪੈ ਗਿਆ, ਹਜੇ ਸੈਟਿੰਗ ਕੁਛ ਵੀ ਨਹੀਂ ਆ ਰਿਹਾ, ਪਰ ਫਿਰ ਵੀ ਸਾਨੂੰ ਹੁਣ, ਹੈ ਨਾ, ਐਵੇਂ ਕੋਈ ਟੈਨਸ਼ਨ ਨਹੀਂ ਹੈਗੀ ਜੀ, ਜਿਵੇਂ ਵੀ ਆਪਾਂ ਨੂੰ ਉਹ ਆ ਗਿਆ, ਹੈ ਨਾ, ਮੌਸਮ ਖਰਾਬ ਹੋ ਗਿਆ, ਹੁਣ ਹਨੇਰੀਆਂ ਚੱਲਣਗੀਆਂ ਬਹੁਤ ਜ਼ਿਆਦਾ, ਜੀ ਦੇਖੋ ਮੌਸਮ ਕਿਵੇਂ ਹੋਇਆ ਪਿਆ, ਬਹੁਤ ਜ਼ਿਆਦਾ ਹਨੇਰੀਆਂ ਚੱਲਣਗੀਆਂ, ਮੀਂਹ ਆਊਗਾ, ਵੀ ਹੁਣ ਸਾਡਾ ਸਮਾਨ ਹੈ ਜਿਹੜਾ ਉਹ ਭਿੱਜ ਜੂਗਾ ਬਾਹਰੇ, ਜਾਂ ਚਿਉਂ ਹੀ ਜਾਂਦਾ, ਜਾਂ ਅਸੀਂ ਕਿੱਥੇ ਬੈਠੀਏ, ਆਪਣਾ ਇਹ ਸਮਾਨ ਇੱਥੇ ਸੇਫ ਹੈ। ਸਭ ਤੋਂ ਜ਼ਿਆਦਾ ਹੁਣ ਇੱਕੋ ਹੀ ਮੁਸ਼ਕਿਲ ਰਹਿ ਗਈ ਜੀ ਆਪਣੀ ਬੁਟੀਕ ਵਾਲੇ ਕੱਪੜਿਆਂ ਦੀ, ਚਲੋ ਕੋਈ ਗੱਲ ਨਹੀਂ, ਉਹਨੂੰ ਵੀ ਇਸ ਤਰ੍ਹਾਂ ਹੀ ਦੇਖਦੇ ਹਾਂ। ਕੁਛ ਕੁ ਤਾਂ ਮਾਸਟਰ ਜੀ ਐਂ ਕਹਿ ਰਹੇ ਸੀ, ਕਹਿੰਦੇ ਦੀਵਾਨ ਬੈੱਡ ਭਰ ਤੂੰ ਇੱਕ ਤਾਂ ਤੁਸੀਂ, ਅਤੇ ਵੀ ਰਾਤ ਨੂੰ ਇੱਥੇ ਇੱਕ ਮੰਜਾ ਫੜਾ ਕੇ ਫਿਰ ਐਵੇਂ ਐਡਜਸਟਮੈਂਟ ਕਰ ਲਿਆ ਕਰਾਂਗੇ ਸੌਣ ਵਾਸਤੇ, ਵੀ ਦੀਵਾਨ ਬੈੱਡ 'ਤੇ ਰੱਖ ਦਿੰਦੇ ਹਾਂ, ਬਾਕੀ ਦੇਖਦੇ ਹਾਂ ਜੀ ਕਿਵੇਂ ਕਰੂੰਗਾ। ਇਸ ਤਰ੍ਹਾਂ ਦੇ ਨਾਲ ਆਪਣਾ ਤੁਸੀਂ ਦੱਸਿਓ ਵੀ ਕਿਵੇਂ ਲੱਗਿਆ। ਬਾਬਾ ਜੀ ਦੀ ਫੋਟੋ ਰੱਖੀ ਉੱਪਰ, ਇਹ ਮੈਂ ਟੁੱਟ ਨਾ ਜਾਵੇ,
ਤੇ ਜਿਹੜੇ ਸਾਡੇ ਸਰਦੀਆਂ ਵਾਲੇ ਕੱਪੜੇ ਸੀ ਜੀ ਹੈ ਨਾ, ਉਹ ਟਰੰਕਾਂ ਦੇ ਵਿੱਚ ਭਰ ਕੇ, ਟੇਚੀਆਂ ਦੇ ਵਿੱਚ ਭਰ ਕੇ ਉੱਪਰ ਸੰਭਾਲ ਦਿੱਤੇ ਨੇ ਜੀ। ਥੋੜ੍ਹੀ ਉਹਦੀ ਸੈਟਿੰਗ ਕਰਨ ਵਾਲੀ ਹੈ। ਕੱਲ੍ਹ ਅਸੀਂ ਕੱਪੜੇ ਧਰ ਰਹੇ ਸੀ, ਉਹਨਾਂ ਨੂੰ ਪੌੜੀ ਦੀ ਲੋੜ ਪੈ ਗਈ, ਉਹ ਪੌੜੀ ਲੈ ਗਏ। ਅਤੇ ਉਹਦੇ 'ਚ ਸਾਡੇ ਸਰਦੀਆਂ ਵਾਲੇ ਕੱਪੜੇ ਨੇ, ਬਸ ਕੋਟੀਆਂ ਸਵੈਟਰ ਵਿੰਟਰ ਸੀਜ਼ਨ ਵਾਲੇ ਸਾਰੇ ਕੱਪੜੇ ਆਪਾਂ ਰੱਖ ਦਿੱਤੇ ਨੇ। ਉੱਧਰੋਂ ਇੱਕ ਵੱਡੀ ਲਾਈਟ ਲਾ ਦਿੱਤੀ ਹੈ, ਛੋਟੀ ਇੱਕ ਪਹਿਲਾਂ ਦੀ ਸੀ। ਅਤੇ ਉੱਧਰੋਂ ਆਪਣੇ ਚਾਰ ਪੱਖੇ ਸੀ ਉਹ ਘਰ ਦੇ ਵਿੱਚ ਛੱਤ ਵਾਲੇ, ਚਾਰ ਪੱਖੇ 'ਚੋਂ ਤਿੰਨ ਪੱਖੇ ਆਪਾਂ ਉਹਦੇ ਸੈਟਿੰਗ ਕਰਵਾ ਲਏ ਨੇ, ਅਤੇ ਦੋ ਉੱਧਰ ਬੁਟੀਕ 'ਚ ਲੋੜ ਪੂਛ ਲੈ ਕੇ ਨਵਾ ਲਿਆ ਕਿ ਪਾਲਣ ਲਾ ਲਾਂਗੇ। ਦੋ ਸਾਡੇ ਬੈਡਰੂਮ 'ਚ, ਇੱਕ ਬੈਡਰੂਮ 'ਚ ਪੱਖਾ ਸੀ, ਦੋ ਵਰਾਂਡੇ ਦੇ ਵਿੱਚ ਸੀ, ਇੱਕ ਜਿੱਥੇ ਆਪਾਂ ਕੱਪੜੇ ਰੱਖਦੇ ਹੁੰਦੇ ਹਾਂ ਬੁਟੀਕ ਵਾਲਾ ਪੱਖਾ, ਤਿੰਨ ਪੱਖੇ ਆਪਾਂ ਇੱਥੇ ਲਾ ਲਏ ਨੇ। ਅਤੇ ਉੱਧਰ ਆਪਾਂ ਬੁਟੀਕ 'ਚ ਵੀ ਦੋ ਲਾਉਣੇ ਪਾਉਣੇ ਪੈਣਗੇ, ਇੱਕ ਏ ਸੀ ਵੀ ਲਾਉਣਾ ਪਊਗਾ, ਉਹ ਆਪਾਂ ਫਿਰ ਲਾ ਲਾਂਗੇ। ਲਓ ਜੀ, ਇਸ ਤਰ੍ਹਾਂ ਦਾ ਆਪਾਂ ਨਾਲ ਸਮਾਨ ਰੱਖਿਆ, ਬਾਕੀ ਤੁਸੀਂ ਦੇਖ ਲਓ। ਠੀਕ ਹੈ, ਬਹੁਤ ਵਧੀਆ ਹੈ ਗਰੀਬ ਖਾਨਾ। ਅਤੇ ਇੱਧਰ ਸਾਡਾ ਉਹ ਹੈਗਾ ਤੂੜੀ ਵਾਲਾ ਗਾ, ਇਹਦੇ ਵੀ ਭਰਿਆ ਪਿਆ ਗਾ, ਆਪਾਂ ਖੋਲ੍ਹ ਕੇ ਦਿਖਾ ਸਕਦੇ ਤੁਹਾਨੂੰ। ਠੀਕ ਹੈ, ਇਹਦੇ ਵਿੱਚ ਵੀ ਕਾਫੀ ਜ਼ਿਆਦਾ ਸਮਾਨ ਪਿਆ ਗਾ। ਸਾਨੂੰ ਸਭ ਤੋਂ ਵੱਡੀ ਹੁਣ ਇੱਕੋ ਹੀ ਮੁਸ਼ਕਿਲ ਇਹਦੇ ਵਿੱਚ ਜਿਹੜੀ ਆ ਰਹੀ ਹੈਗੀ ਵੀ ਅਸੀਂ ਇੱਥੋਂ ਦੀ ਤੂੜੀ ਕੱਢਦੇ ਹਾਂ ਜੀ, ਤੂੜੀ ਫਿਰ ਨਾ ਕਈ ਵਾਰੀ ਇੱਥੇ ਵੀ ਖਿੰਡ ਜਾਂਦੀ ਹੈ। ਉਂਝ ਅਸੀਂ ਕੋਸ਼ਿਸ਼ ਕਰਦੇ ਵੀ ਇੱਕ ਵਾਰੀ ਤੂੜੀ ਕੱਢੀਏ, ਸਵੇਰ ਜਦੋਂ ਹੁਣ ਸ਼ਾਮ ਨੂੰ ਸੰਨੀ ਕਰਾਂਗੇ ਇਕੱਠੀ ਤੂੜੀ ਕੱਢ ਲਾਂਗੇ, ਵੀ ਸਵੇਰੇ ਨਹੀਂ ਮੈਨੂੰ ਅੱਡ ਤੋਂ ਟੋਕਰਾ ਚੱਕਣਾ ਪੈਂਦਾ। ਜਦੋਂ ਇੱਥੇ ਤੂੜੀ ਕੱਢਦੇ ਹਾਂ ਉੱਥੇ ਖਿਲਰ ਜਾਂਦੀ ਹੈ, ਅਤੇ ਕਿਉਂਕਿ ਤੂੜੀ ਆਪਣੀ ਅੰਦਰ ਆ। ਅਤੇ ਬਾਕੀ ਹੋਰ ਇਹਦੇ 'ਚ ਕਣਕਾਂ ਦੇ ਢੋਲ, ਖਲ ਫੀਡ ਵਾਲੀਆਂ ਢੋਲੀਆਂ, ਇਸ ਤਰ੍ਹਾਂ ਦਾ ਸਮਾਨ ਆਪਣਾ ਵਿੱਚ ਪਿਆ ਗਾ। ਲਓ ਜੀ, ਅਤੇ ਇੱਕ ਸਭ ਤੋਂ ਵੱਡੀ ਜਿਹੜੀ ਗੱਲ ਹੈਗੀ ਹੈ ਇਹਦੀ ਵੀ ਦਿਨ ਦੇ ਟਾਈਮ ਨੇ ਜਿਹੜੇ ਇਹ ਸ਼ੈੱਡ ਲੋਹਾ ਜੀ ਉੱਪਰ ਪਾਇਆ ਹੋਇਆ ਆਪਣਾ ਲੋਹਾ, ਇਹ ਸਾਰਾ ਤਪ ਜਾਂਦਾ ਦਿਨ ਦੇ ਟਾਈਮ ਕਾ। ਅੱਜ ਤਾਂ ਮੌਸਮ ਠੰਡਾ, ਅੱਜ ਤਾਂ ਕੋਈ ਤਪਣ ਵਾਲਾ ਹੈ ਨਹੀਂ ਗਾ। ਕੱਲ੍ਹ ਸਾਨੂੰ ਬਹੁਤ ਜ਼ਿਆਦਾ ਗਰਮੀ ਲੱਗੀ ਦਿਨ ਦੇ ਟਾਈਮ, ਫਿਰ ਅਸੀਂ ਇੱਥੇ ਬਾਹਰ ਬੈਠੇ ਮੰਜਾ ਡਾ ਕੇ, ਕਿਉਂਕਿ ਇੱਥੇ ਸਾਰਾ ਦਿਨ ਛਾਂ ਰਹਿੰਦੀ ਆ। ਹੁਣ ਹਜੇ ਟਾਈਮ ਥੋੜ੍ਹਾ ਹੀ ਹੋਇਆ, ਕੀ ਟਾਈਮ ਹੋ ਗਿਆ, 10:30 ਹੋ ਗਏ, ਹੁਣ ਵੀ ਇੱਥੇ ਛਾਂ ਹੈਗੀ, ਇੱਥੇ ਛਾਂ ਹੀ ਰਹਿੰਦੀ ਆ ਪੂਰਾ ਦਿਨ, ਕਿਸੇ ਵੇਲੇ ਧੁੱਪ ਨਹੀਂ ਆਉਂਦੀ ਬਾਹਰਲੇ ਪਾਸੇ। ਕੱਲ੍ਹ ਅਸੀਂ ਪੂਰਾ ਦਿਨ ਫਿਰ ਇੱਥੇ ਬੈਠੇ, ਮੰਜਾ ਵਾਲੇ ਪੱਖੇ ਛੱਡ ਲਏ ਸੀ। ਅਤੇ ਦਿਨ ਦੇ ਵੇਲੇ ਤਾਂ ਇਹ ਤਪ ਜਾਂਦੇ ਨੇ, ਅਤੇ ਰਾਤ ਨੂੰ ਸਾਨੂੰ ਬਹੁਤ ਜ਼ਿਆਦਾ ਠੰਡ ਲੱਗਦੀ ਹੈ। ਫਿਰ ਅਸੀਂ ਦੋ ਦੋ ਖੇਸ ਲੈ ਕੇ ਲੁਕ ਲੁਕ ਕੇ ਪੈਂਦੇ ਹਾਂ, ਗਰਮ ਬੈਡਸ਼ੀਟ ਰੱਖੀ ਹੋਈ ਉਹ ਜੇ ਰੱਖੀ ਨਹੀਂ, ਅਤੇ ਉੱਪਰ ਦੀ ਖੇਸ ਲੈ ਕੇ, ਕਿਉਂਕਿ ਰਾਤ ਨੂੰ ਜੇ ਇਹ ਚਾਦਰਾਂ ਨੇ ਜਿਹੜੀ ਠੰਡੀਆਂ ਹੋ ਜਾਂਦੀਆਂ ਨੇ ਉੱਪਰੋਂ, ਫਿਰ ਪੱਖੇ ਹਵਾ ਠੰਡੀ ਮਾਰਦੇ ਨੇ, ਅਤੇ ਦਿਨ ਦੇ ਟਾਈਮ ਇਹ ਕਾਫੀ ਤਪ ਜਾਂਦੇ ਨੇ ਅਤੇ ਗਰਮ ਹਵਾ ਸਿੱਧ ਦਿੰਦੇ। ਲਓ ਜੀ, ਇਸ ਤਰ੍ਹਾਂ ਦੇ ਨਾਲ ਆਪਾਂ ਸਮਾਨ ਰੱਖਿਆ, ਅਤੇ ਬਾਕੀ ਗੱਲਬਾਤ ਠੀਕ ਹੈ। ਅਤੇ ਬੋਰਡ ਦੇ ਆਪਾਂ ਲਵਾਏ ਨੇ, ਕਾਫੀ ਭੈਣ ਭਾਈ ਪੁੱਛਦੇ ਸੀ ਵੀ ਇਹ ਹੈ ਨਾ ਕਿਵੇਂ ਨੇ ਜੇਸੀ ਵੀ ਲਗਾਉਣਾ। ਇਹ ਜੀ ਤੁਸੀਂ ਬੋਰਡ ਦੇ ਲਗਵਾਓਗੇ ਜੀ ਹੈ ਨਾ, ਤੁਹਾਨੂੰ ਹੋ ਸਕਦਾ ਵੀ ਸਾਲ ਡੇਢ ਸਾਲ ਬੈਠਾ ਪੈ ਜੇ। ਇਹ ਵਾਲਾ ਬ੍ਰਾਂਡ ਹੈ ਇਹ, ਇਹ ਕੋਈ ਪ੍ਰਮੋਸ਼ਨ ਨਹੀਂ। ਅਤੇ ਕੀ ਲਿਖਿਆ, ਮੈਗਨਸ ਦਾ, ਮੈਗਨਸ ਦੇ ਲਗਵਾਏ ਨੇ ਇਹ। ਅਤੇ ਉਹਨਾਂ ਨੇ ਇਹ ਕਿਹਾ ਹੋਇਆ ਵੀ ਇੱਥੇ ਪ੍ਰੋਪਰ ਲਿਖਿਆ ਹੋਇਆ ਵੀ ਤੁਸੀਂ ਉਹ ਕਰ ਸਕਦੇ ਹੋਗੇ, ਵੀ ਇਹਨੂੰ ਕੋਈ 25 ਸਾਲ ਤੋਂ 21 ਸਾਲ ਦੀ ਗਰੰਟੀ ਹੈ, ਵੀ ਇਹਦੇ 'ਚ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ, ਇਹਨੂੰ ਕੋਈ ਸਿਉਂਖ ਨਹੀਂ ਲੱਗਦੀ, ਕਿੰਨਾ ਮਰਜ਼ੀ ਦੇ ਉੱਪਰ ਪਾਣੀ ਪਈ ਜਾਵੇ ਉਹ ਕੋਈ ਇਸ਼ੂ ਨਹੀਂ ਹੈਗਾ ਵੀ ਇਹਦੇ ਉੱਪਰ। ਇਸ ਕਰਕੇ ਆਪਾਂ ਇਹ ਲਵਾ ਲਏ ਜੀ। ਦੇਖੋ ਆਪਾਂ ਗਰਮੀ ਵੀ ਆਪਣੀ ਇੱਥੇ ਨਿਕਲਣੀ ਹੈ, ਅਤੇ ਹੋ ਸਕਦਾ ਸਿਆਲ ਵੀ ਇੱਥੇ ਨਿਕਲਣਾ, ਹੋ ਸਕਦਾ ਜੀ ਆਪਾਂ ਅਗਲੀ ਗਰਮੀ ਨੂੰ ਆਪਾਂ ਉੱਧਰ ਨਵੀਂ ਕੋਠੀ 'ਚ ਚਲੇ ਜਾਈਏ। ਬਾਕੀ ਪਤਾ ਲੱਗੂਗਾ, ਤੁਹਾਨੂੰ ਦੱਸਾਂਗੇ ਵੀ ਜਦੋਂ ਨਿਉਂ ਧਰੀ ਤਾਂ ਕਿੰਨੇ ਟਾਈਮ 'ਚ ਪਈ, ਕਿੰਨਾ ਖਰਚਾ ਆਇਆ, ਕੀ ਸਾਰੀ ਗੱਲਬਾਤ ਆਪਾਂ ਤੁਹਾਡੇ ਨਾਲ ਕਰਦੇ ਰਹਾਂਗੇ। ਠੀਕ ਹੈ, ਚਲੋ ਜੀ ਆਪਾਂ ਥੋੜ੍ਹੀ ਦੇਰ 'ਚ ਮਿਲਦੇ ਹਾਂ ਤੁਹਾਨੂੰ। ਲਓ ਜੀ, ਜਿਹੜਾ ਟਾਈਮ ਹੈ 1:30 ਵੱਜ ਗਏ ਨੇ। ਬਾਹਰੋਂ ਆਈਆਂ ਕੀ ਹੈ, ਬਾਹਰ ਜਾ ਕੇ ਤਾਂ ਗਰਮੀ ਚੜ ਜਾਂਦੀ ਹੈ। ਉਂ ਤਾਂ ਨਾਲੇ ਅੱਜ ਹਵਾ ਪਤਾ ਨਹੀਂ ਕਿਵੇਂ ਹੋਰ ਇਹਦੀ ਠੰਡ ਜਿਹੀ ਲੱਗ, ਉਹ ਗਰਮੀ ਜਿਹੀ ਲੱਗੀ ਜਾਂਦੀ ਹੈ, ਨਹੀਂ ਠੰਡ ਹੈਗੀ ਅੱਜ, ਪਰ ਫਿਰ ਵੀ ਗਰਮੀ ਹੈਗੀ ਆ। ਕਈ ਜਗ੍ਹਾ 'ਤੇ ਮੀਂਹ ਪੈ ਗਿਆ ਹੁਣ, ਅੱਜ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਹਾਡੇ ਵੱਲ ਮੌਸਮ ਕਿਵੇਂ ਰਿਹਾ। ਸਾਡੇ ਮੀਂਹ ਤੋਂ ਸੁੱਕ ਸਾਂਦ ਹੈ ਉਂਝ ਵੀ ਉਹ ਹੈਗਾ, ਪਰ ਹਵਾ ਕਾਫੀ ਜ਼ਿਆਦਾ ਤੇਜ਼ ਚੱਲੀ, ਤੜਕੀ ਬਿੰਡੇ ਨੂੰ ਕਿਹਾ ਵਾ ਉਹ ਕਰਦੇ ਬਰੇਤੀ 'ਤੇ, ਭਾਵੇਂ ਪਾਣੀ ਛਿੜਕਦੇ ਬਰੇਤੀ ਨਾਲ ਉੱਡ ਜੇ ਆਪਣੀ। ਹੁਣ ਸਕੂਲੋਂ ਆਉਣਗੇ ਸਾਰੇ ਜਣੇ, ਰੋਟੀ ਪਾਣੀ ਖਾਣਗੇ, ਇਹਨਾਂ ਨੂੰ ਮਿਸਤਰੀਆਂ ਨੇ ਰੋਟੀ ਫੜਾ ਕੇ ਆਈਆਂ। ਅਤੇ ਬਾਕੀ ਜਿਹੜੇ ਘਰ ਢਾ ਰਹੇ ਨੇ ਉਹਨਾਂ ਨਾਲ ਆਪਣਾ ਠੇਕਾ ਹੀ ਹੁੰਦਾ ਹੈਗਾ,
ਹਟਾਉਣ ਵਾਲਿਆਂ ਨਾਲ ਅੱਜ ਆਪਣੇ ਫਰਸ਼ ਲੱਗ ਰਿਹਾ, ਉਹਦੇ ਟਾਈਲਾਂ ਲੱਗ ਰਹੀਆਂ ਨੇ, ਬਸ ਉਹ ਦੋ ਜਣਿਆਂ ਦੀ ਰੋਟੀ ਆ ਮਿਸਤਰੀ ਜੀ ਦੇ ਦਿੰਦੇ ਜੀ। ਕਾਹਲ ਕਰੀ ਜਾਂਦੇ ਜੀ, ਥੋੜ੍ਹਾ ਟਾਈਮ ਟਿਕਾਇਆ ਵੀ ਭਾਈ ਮਾਸਟਰ ਜੀ ਨੂੰ ਆ ਜਾਣਦੇ, ਫਿਰ ਸਮਾਨ ਕੱਢਦੇ ਆ, ਬੁਟੀਕ ਖਾਲੀ ਕਰੋ ਕਹਿੰਦੇ, ਅਸੀਂ ਛੱਤ ਢਾਉਣੀ ਆ। ਇੱਥੇ ਵੀ ਕਿੱਥੇ ਧਰਾਂਗੇ ਕੱਪੜਾ, ਲੀੜਾ ਟੈਨਸ਼ਨ ਹੋਈ ਪਈ ਆ। ਇੱਕ ਤਾਂ ਦੀਵਾਨ ਬੈੱਡ ਭਰ ਦਾਂਗੇ, ਫਿਰ ਉਰੇ ਮੰਜਾ ਡਾਹ ਕੇ ਪੈ ਜਾਇਆ ਕਰਨੀ। ਸਟੈਂਡ ਵੀ ਆਪਣਾ ਉਹ ਕਾਫੀ ਚੌੜਾ, ਜਿਹਦੇ ਉੱਤੇ ਕੱਪੜੇ ਟੰਗੇ ਹੁੰਦੇ ਨੇ, ਉਹ ਵੀ ਨਹੀਂ ਇੱਥੇ ਟਿਕਣਾ ਹੈਗਾ, ਔਖਾ ਹੋ ਜਾਂਦਾ। ਚਲੋ ਦੇਖਦੇ ਹਾਂ ਜੀ ਕੀ ਬਣਦਾ। ਹੈਲੋ ਗਾਈ ਜੀ, ਵੀਰੇ ਰੋਟੀ ਖਾ ਲਓ, ਆਲੂ ਪਕੌੜਿਆਂ ਦੀ ਸਬਜ਼ੀ ਨਾਲ, ਪਹਿਲੀ ਵਾਰ ਬਣਾਏ ਨੇ ਆਪਾਂ, ਕਦੇ ਨਹੀਂ ਬਣਾਏ ਪਕੌੜੇ। ਚਾਹੇ ਆਲੂ ਬੜੀਆਂ ਨੇ ਚਾਹੇ ਆਲੂ ਪਕੌੜੇ ਨੇ, ਅਸੀਂ ਮਜਬੂਰੀ 'ਚ ਬਣਾਉਂਦੇ ਹਾਂ ਵੀ ਜਿੱਦੇ ਕੋਈ ਦਾਲ ਸਬਜ਼ੀ ਨਹੀਂ ਹੁੰਦੀ। ਅੱਜ ਲਿਆਏ ਕੋਈ ਸਬਜ਼ੀ? ਵਾਹ, ਨਾਲੇ ਉੱਥੋਂ ਦੀ ਲੰਘ ਕੇ ਆਇਓ। ਜੇ ਤੁਸੀਂ ਰੇਹੜੀਆਂ ਕੋਲ ਦੇ ਲਾਂਗੇ, ਤੁਹਾਡੇ ਯਾਦ ਨਹੀਂ ਹੁੰਦਾ ਵੀ ਸਬਜ਼ੀ ਲੈ ਜਾਣੀ ਹੈ? ਖਾਣ ਵੇਲੇ ਯਾਦ ਹੁੰਦਾ ਵੀ ਸਬਜ਼ੀ ਨਹੀਂ ਹੈਗੀ, ਬਸ ਫਿਰ ਮੈਂ ਚਟਨੀ ਚੱਲਣ ਦੇ। ਪਕੌੜੇ ਵੀ ਖਾਤੇ ਨੇ ਜਿਹੜੇ ਹੈਗੇ ਸੀ ਬਣਾ ਤੇ, ਪਹਿਲਾਂ ਵਾਲੇ ਪਏ ਸੀ, ਇੱਥੇ ਤਾਂ ਲਿਆਉਂਦੀ ਹੋਈ ਨਾ ਬੜੀਆਂ ਨਾ ਪਕੌੜੇ, ਅੱਗੇ ਘਰੇ ਘੁਰੇ ਬਣਾ ਲੈਂਦੇ, ਹੁਣ ਉਹ ਵੀ ਨਹੀਂ ਬਣਦੇ। ਮੇਰੀ ਮੰਮੀ ਜਮਾਂ ਪਕੌੜੇ ਲਿਆਉਂਦੇ ਸ਼ਹਿਰੋਂ, ਉਹ ਜਦੋਂ ਵੀ ਬਣਾਉਣੇ ਹੁੰਦੇ ਪਕੌੜੇ, ਜਦੋਂ ਸਬਜ਼ੀ ਬਣਾਉਣੀ ਉਹ ਤਾਜ਼ੇ ਪਕੌੜੇ ਬਣਾਉਂਦੇ, ਫਿਰ ਉਹਦੀ ਸਬਜ਼ੀ ਬਣਾਉਂਦੇ, ਉਹਨਾਂ ਕ ਬੇਸਣ ਪਾ ਕੇ ਉਹ 'ਚ ਲੂਣ ਮਿਰਚ ਪਾ ਕੇ ਪਹਿਲਾਂ ਪਕੌੜੇ ਬਣਾਉਂਦੇ, ਫਿਰ ਉਹਨਾਂ ਨੂੰ ਸੇਕ ਲਵਾ ਕੇ ਭੁੰਨ ਕੇ ਫਿਰ ਉਹਦੀ ਸਬਜ਼ੀ ਬਣਾਉਂਦੇ, ਬਾਹਲੀ ਸਵਾਦ ਬਣਦੀ ਫਿਰ ਤਾਜ਼ਿਆਂ ਦੀ, ਕਿਉਂਕਿ ਤਾਜ਼ੀ ਚੀਜ਼ ਤਾਜ਼ੀ ਹੋਈ ਹੁੰਦੀ ਹੈ, ਤਾਜ਼ੇ ਪਕੌੜੇ ਬਣਾ ਕੇ ਫਿਰ ਉਹਦੀ ਸਬਜ਼ੀ ਬਣਦੀ। ਮੇਰੇ ਭਣੋਰਿਆਂ ਦੀ ਆਉਣ ਦਾ ਟਾਈਮ ਹੋ ਗਿਆ। ਲਓ ਜੀ ਆਪਣਾ ਫਰਸ਼ ਦਿਖਾ ਦੇ ਦਿਓ, ਤੁਹਾਨੂੰ ਫਰਸ਼ ਲੱਗ ਰਿਹਾ। ਹਾਂਜੀ ਬਿੰਡਾ ਜੀ, ਕੀ ਕਹਿਣਾ ਚਾਹੋਗੇ? ਬਿੰਡੇ ਦੀ ਰੀਲ ਬਣਾ ਲਓ ਭਾਈ, ਬੋਕਸੀ ਭਰੀ ਜਾਊਗੀ। ਰਿਪਰ ਬਦਲ ਕੇ ਲਿਆ ਟਾਈਲ, ਉਹ ਵਾਲੀ ਮਿਸਤਰੀ ਭਾਈ ਕਹਿੰਦੇ ਛੋਟੀਆਂ ਨੇ ਟਾਈਲਾਂ, ਵੱਡੀਆਂ ਲਾਵਾਂਗੇ, ਫਿਰ ਬਦਲ ਕੇ ਲਿਆਉਂਦੀ ਹੈ। ਜਿਹੜੀ ਅਸੀਂ ਲਿਆ ਰਿਪਰ, ਉਹਦਾ ਡਿਜ਼ਾਇਨ ਵੱਧ ਸੋਹਣਾ ਸੀ। ਠੀਕ ਹੈ ਜੀ, ਦਿਨ ਛਿਪ ਗਿਆ ਬਿਲਕੁਲ, ਅਤੇ ਅੱਜ ਆਪਾਂ ਤੁਹਾਨੂੰ ਦਿੱਤਾ ਹੋਮ ਟੂਰ, ਅਤੇ ਟਾਈਮ ਪਾਸ ਹੈ ਬਸ ਆਪਾਂ ਕਰ ਲਾਂਗੇ। ਅਤੇ ਔਖਿਆਈ ਕੱਟ ਕੇ ਕਹਿੰਦੇ ਨੇ ਸਿਆਣੇ ਵੀ ਸੁਖਿਆਈ ਮਿਲਦੀ ਹੈ, ਆਪਾਂ ਨੂੰ ਭੀੜ ਸੰਘੀੜ ਕੱਟਣੀ ਪਊਗੀ, ਫਿਰ ਆਪਣਾ ਨਵਾਂ ਘਰ ਬਣ ਜੂਗਾ। ਵਾਹਿਗੁਰੂ ਕਰੇ ਜਲਦੀ ਬਣੇ, ਆਪਾਂ ਤੁਹਾਨੂੰ ਉਹਦਾ ਹੋਮ ਟੂਰ ਦੇਵਾਂਗੇ ਸਾਰਾ। ਅਤੇ ਗਰਮੀ ਤਾਂ ਦੇਖੋ ਜੀ ਆਪਣੀ, ਇੱਥੇ ਪੱਕਾ ਨਿਕਲਣੀ ਆ। ਸਰਦੀ ਵੀ ਇੱਥੇ ਪੱਕਾ ਨਿਕਲੂ, ਆਪਾਂ ਨੂੰ ਪਤਾ ਹੀ ਹੈ, ਇੱਕ ਸਾਲ ਤਾਂ ਸਾਨੂੰ ਪੱਕਾ ਇੱਥੇ ਬੈਠਣਾ ਪਊਗਾ, ਮਤਲਬ ਕਿ ਸਮਾਨ ਆਪਣਾ ਇੱਥੇ ਰਹੂਗਾ ਬੈਠੇ, ਆਪਣਾ ਬੁਟੀਕ ਜਲਦੀ ਤਿਆਰ ਹੋਊ, ਆਪਾਂ ਬੁਟੀਕ ਦੇ ਵਿੱਚ ਬੈਠ ਜਾਂਗੇ, ਪਰ ਸਾਲ ਭਰ ਆਪਣਾ ਇੱਥੇ ਸਮਾਨ ਰਹੂਗਾ। ਅਤੇ ਉਸ ਤੋਂ ਬਾਅਦ ਨਾਲ ਹੁੰਦੇ ਆਪਾਂ ਕਮਰੇ ਤਿਆਰ ਕਰਵਾਈ ਚੱਲਾਂਗੇ, ਅਤੇ ਸਾਡੀ ਇਹ ਸਲਾਹ ਵੀ ਉੱਪਰਲਾ ਪੋਰਸ਼ਨ ਤਿਆਰ ਕਰਵਾ ਲਾਂਗੇ ਪਹਿਲਾਂ, ਉੱਪਰ ਸ਼ਿਫਟ ਹੋ ਜਾ, ਉੱਤੇ ਉੱਪਰ ਸ਼ਿਫਟ ਹੋ ਜਾਂਗੇ ਆਪਾਂ, ਹੇਠਾਂ ਫਿਰ ਹੌਲੀ ਹੌਲੀ ਬਣੀ ਜਾਊਗਾ। ਠੀਕ ਹੈ, ਮਾਸਟਰ ਜੀ ਦਾ ਫੋਨ ਵੱਜ ਰਿਹਾ ਹੈਗਾ, ਕਰਵਾਉਂਦੇ ਹਾਂ ਗੱਲ। ਚਲੋ ਠੀਕ ਹੈ ਜੀ, ਆਪਾਂ ਅੱਜ ਵਾਲੀ ਵਲੋਗ ਦਾ ਇੰਡ ਇੱਥੇ ਹੀ ਕਰਦੇ ਹਾਂ, ਅਤੇ ਕੱਲ੍ਹ ਨੂੰ ਫਿਰ ਨਵੀਂ ਵਲੋਗ ਦੇ ਨਾਲ ਮਿਲਦੇ ਹਾਂ।
ਤੇ ਵਾਲਪੇਪਰ ਵਗੈਰਾ ਲਗਾਵਾਂਗੇ। ਅੱਜ ਭਾਈ ਆਇਆ ਹੋਇਆ ਤੇ ਉਹ ਆਪਾਂ ਸਿਲੈਕਟ ਕਰ ਲਈਏ ਵੀ ਕਿਸ ਤਰ੍ਹਾਂ ਦਾ ਲਗਵਾਉਣਾ ਹੈਗਾ ਤੇ ਨਾਲ ਹੁੰਦੇ ਆਪਾਂ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ। ਠੀਕ ਹੈ ਠੀਕ ਹੈ ਜੀ। ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਜੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ। ਠੀਕ ਹੈ ਜੀ, ਕੱਲ੍ਹ ਨੂੰ ਨਵੇਂ ਵਲੌਗ ਨਾਲ ਮਿਲਦੇ ਹਾਂ। ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ, ਬਾਏ।